ਤੁਸੀਂ ਚੰਗੇ ਪੇਂਡੂ ਜਿਹੇ ਬੰਦੇ ਕੋਲ ਖਲਵਾਇਆ, ਮੈਂ ਤਾਂ ਜੁੱਤੀਆਂ ਵਾਲਾ ਡੱਬਾ ਭਾਰ ਕੇ ਵਿੱਚ ਬੂਟ ਕੱਢਣਾ ਸੀ, ਤੁਸੀਂ ਮੇਰੇ ਕੋਲ ਡੱਬਾ ਖਲਵਾ ਦਿੰਦੇ। ਮੈਨੂੰ ਜਿਹੜਾ ਨਾ ਪਤਾ ਲੱਗ ਗਿਆ ਭਾਈ ਤੁਹਾਨੂੰ ਤੁਹਾਡਾ ਨਵਾਂ ਕੈਮਰਾ ਲਿਆਂਦਾ, ਅਤੇ ਨਵਾਂ ਕੈਮਰਾ ਵੇਖਣ ਵਾਸਤੇ ਮੈਂ ਇੰਜ ਆਇਆ ਮੈਂ ਕਿਤੇ ਖੋਲ ਨਾ ਲੈਣ, ਕਿਉਂਕਿ ਕਦੀ ਪਹਿਲਾਂ ਐਡਾ ਮਹਿੰਗਾ ਕੈਮਰਾ ਖੋਲਦਿਆਂ ਨਹੀਂ ਨਾ ਵੇਖਿਆ, ਅੱਜ ਖੋਲਦਿਆਂ ਵੇਖਾਂਗਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮੁ ਅਲੈਕੁਮ, ਮੈਂ ਹੂੰ ਅਜ਼ਮਤ ਅਲੀ, ਔਰ ਆਜ ਜੋ ਹੈ ਨਾ ਮੈਨੇ ਆਪਣਾ ਕੈਮਰਾ ਲੈ ਕੇ ਆਇਆ। ਆਪਕੋ ਪਤਾ ਜੈਸੇ ਤੋ ਮੈਂ ਸ਼ਾਮ ਕੋ ਆਇਆ ਥਾ, ਆ ਕੇ ਮੇਰੀ ਜੋ ਹੈ ਨੀਂਦ ਹੀ ਨਹੀਂ ਪੂਰੀ ਹੋਈ, ਮੈਂ ਸੋ ਗਿਆ ਥਾ, ਅਭੀ ਅਭੀ ਮੈਂ ਉਠਾ ਹੂੰ, ਤੋ ਮੁਝੇ ਬਹੁਤ ਹੀ ਬੇਤਾਬੀ ਹੋ ਰਹੀ ਹੈ, ਮੈਂ ਚਾਹ ਰਹਾ ਹੂੰ ਕਿ ਮੇਰਾ ਕੈਮਰਾ ਜਲਦੀ ਸੇ ਮੈਂ ਖੋਲੂੰ, ਮੈਨੇ ਅਭੀ ਤੱਕ ਖੁਦ ਵੀ ਨਹੀਂ ਦੇਖਾ, ਵੈਸੇ ਕਾ ਵੈਸੇ ਹੀ ਪੈਕ ਹੈ, ਤੋ ਮੈਂ ਕਹਿ ਰਿਹਾ ਕਿ ਅਭੀ ਅਭੀ ਇਸੇ ਖੋਲਤੇ ਹੈ, ਮੇਰਾ ਬਹੁਤ ਜੋ ਹੈ ਦਿਲ ਕਰ ਰਿਹਾ ਇਸੇ ਦੇਖਣੇ ਕੇ ਲੀਏ, ਤੋ ਆਏ ਤੋ ਪਹਿਲੇ ਇਸੇ ਬਾਹਰ ਨਿਕਲ ਕੇ ਦੇਖਤੇ ਹੈਂ। ਅਸਲਾਮ ਅਲੈਕੁਮ ਵੀਅਰਸ, ਮੈਂ ਹੂੰ ਅਜ਼ਮਤ ਅਲੀ, ਔਰ ਆਪਨੇ ਸੁਣੀ ਬਾਤ, ਜ਼ੁਹੇਬ ਨੇ ਜੋ ਬਾਤਾਂ ਕੀ ਵੋ ਮੇਰੇ ਦਿਲ ਕੀ ਬਾਤੇਂ ਥੀ, ਤੋ ਅਬ ਮੈਂ ਬਹੁਤ ਬੇਤਾਬ ਥਾ ਇਸੇ ਖੋਲਨੇ ਕੇ ਲੀਏ, ਔਰ ਅਬ ਇਸਕੋ ਖੋਲੇਂਗੇ। ਸਾਰੇ ਹੈਰਾਨ ਹੋ ਗਏ, ਨਹੀਂ ਉਰਦੂ ਬੋਲਣ ਡਿਆ ਭਾਈ, ਮੈਂ ਤੇਰਾ ਸਿਖਾਇਆ। ਤੋ ਮੇਰੇ ਦਿਲ ਕੀ ਬਾਤ ਥੀ, ਵੋ ਜ਼ਾਹਿਰ ਸੀ ਬਾਤ ਹੈ ਮੇਰੇ ਐਕਸੈਂਟ ਮੇਂ ਕਰਨੀ ਥੀ ਉਸਨੇ, ਬਹੁਤ ਅੱਛਾ ਕੀਆ ਆਪਨੇ ਯਾਰ, ਸ਼ੁਕਰੀਆ, ਔਰ ਮੇਰਾ ਸਿਖਾਇਆ ਉਰਦੂ, ਵੇਖਿਆ ਉਰਦੂ ਬੋਲਣ ਲੱਗ ਪਈ। ਤੋ ਅਬ ਮਜ਼ੀਦ ਇੰਤਜ਼ਾਰ ਕਰਨੇ ਔਰ ਆਪਕੋ ਕਰਵਾਨੇ ਸੇ ਪਹਿਲੇ ਜੋ ਹੈ ਵੋ ਉਸਕੋ ਖੋਲਨੇ ਕੀ ਤਰਤੀਬ ਕਰਤੇ ਹੈਂ। ਮੈਂ ਅੱਜ ਧੂਪ ਬਹੁਤ ਜ਼ਬਰਦਸਤ ਕਿਸਮ ਕੀ ਨਿਕਲੀ ਹੋਈ ਹੈ, ਮੇਰਾ ਪ੍ਰੋਗਰਾਮ ਥਾ ਕਹੀਂ ਇਨਡੋਰ ਖੋਲਨੇ ਕਾ, ਲੇਕਿਨ ਅਭੀ ਧੂਪ ਕੋ ਦੇਖ ਕੇ ਮੈਂ ਜੋ ਹੂੰ ਬਾਹਰ ਆ ਗਿਆ, ਸਾਥ ਮੇਂ ਜ਼ੁਹੇਬ ਵੀ ਆ ਗਿਆ, ਕੰਪਨੀ ਮਿਲ ਗਈ ਹੈ ਮੁਝੇ, ਮੈਂ ਜੋ ਨਾ ਮੈਨੂੰ ਪਤਾ ਲੱਗਾ ਭਾਈ ਜ਼ਮਤ ਤੇਰੀ ਕੈਮਰਾ ਲੈ ਕੇ ਨਾ, ਮੈਂ ਛੇਤੀ ਆ ਗਿਆ ਪੱਠੇ ਭਾਂਦੇ ਸਾਰੇ, ਮੈਂ ਕਿਹਾ ਕਿ ਭਾਈ ਜ਼ਮਤ ਤੇ ਖੋਲ ਨਾ ਲੈਣ ਮੇਰੇ ਜਾਣ ਤੋਂ ਪਹਿਲਾਂ, ਦੇਖਾ ਤੋ ਵੇਖਣਾ ਕਿਵੇਂ ਖੁੱਲਦਾ ਹੈ, ਮੈਂ ਫਿਰ ਆਖਿਰਕਾਰ ਫਿਰ ਮੈਂ ਵੀ ਕਿਤੇ ਲਾਂਗਾ ਹੀ ਨਾ ਲੱਗ ਰਹੇਗਾ। ਤੇ ਕੰਪਨੀ ਜ਼ੁਹੇਬ ਕੀ ਮੁਝੇ ਮਿਲ ਗਈ, ਔਰ ਆਪਕੀ ਕੰਪਨੀ ਤੋਂ ਮੇਰੇ ਸਾਥ ਹੈ ਹੀ ਹੈ ਅਲਹਮਦੁਲਿਲਾ, ਤੋ ਅਭੀ ਹਮ ਖੋਲਤੇ ਹੈਂ ਆਪਣਾ ਗੋਪਰੋ 8 8। ਧੂਪ ਕਿਉਂਕਿ ਕਾਫੀ ਹੈ ਤੋ ਅਪਰ ਕੀ ਯਹਾਂ ਪੇ ਜ਼ਰੂਰ ਰਹਿਣ ਦੋ, ਰਹਿਣ ਦੋ, ਵਾ ਲੈ ਕਰ ਦਿੱਤਾ ਜੀ, ਇੰਜੋਏ ਦਾ ਸਮਰ। ਕੈਮਰਾ ਬਾਹਰ ਹੋ ਗਿਆ, ਮੈਨੂੰ ਵੀ ਕੈਮਰਾ ਸਰ ਆਪਕੇ ਸਾਥ ਬੈਠ ਕੇ ਇਧਰ ਖੋਲਤੇ ਹੈਂ, ਆਪ ਵੀ ਦੇਖੋ, ਹਮਾਰੇ ਵਿਊਅਰਸ ਵੀ ਦੇਖੇਂਗੇ ਔਰ ਮੈਂ ਵੀ ਦੇਖੂੰਗਾ। ਸਮਾਨ ਲੈ ਕੇ ਆਏ ਪਹਿਲੇ ਅੰਦਰ ਸੇ, ਕੁਰਸੀਆਂ ਟੇਬਲ ਲੈ ਕੇ ਆਏਂਗੇ ਤੋ ਫਿਰ ਯਹਾਂ ਪੇ ਬੈਠ ਕੇ। ਆਪ ਜਵਾਨ ਜਹਾਨ ਆਦਮੀ ਹੋ, ਮੈਂ ਬੁੜਾ ਠੇਰਾ। ਮੈਂ ਜਵਾਨ ਹੁੰਦਾ ਹਾਂ ਨਾ, ਬੰਦੇ ਹਮ ਦੋ ਹੈ, ਕੁਰਸੀਆਂ ਆਪ ਚਾਰ ਉਠਾ ਲਾਏ ਹੋ, ਫੁੱਲ ਤੋੜ ਲਾ। ਨਹੀਂ ਫੁੱਲ ਨਹੀਂ ਤੋੜਦੇ, ਫੁੱਲ ਤੋੜਨੇ ਕੇ ਲਈ ਨਹੀਂ ਹੋਤੇ, ਫੁੱਲ ਦੇਖਣੇ ਕੇ ਲਈ ਹੋਤੇ ਹੈ। ਵਾਹ ਬੋਸ ਵਾਹ, ਕਿਆ ਕਵਿਤਾ ਬੋਲੀ ਹੈ, ਯੇ ਟਿਕਟੋਕ ਨਹੀਂ ਬਣਾ ਰਹੇ, ਯੇ ਮੈਸੇਜ ਥਾ ਮੇਰਾ ਮੇਰੇ ਵਿਊਅਰਸ ਕੇ ਲਈ ਔਰ ਸਭ ਉਨ ਦੋਸਤੋਂ ਕੇ ਲਈ ਜੋ ਫੁੱਲੋਂ ਕੋ ਤੋੜਨਾ ਖਰਾਬ ਕਰਨਾ ਜਾਣਦੇ ਹੈ। ਸ਼ਿਵੋ ਸਿੰਘ ਕੇ ਵੇਖੋ, ਇਹ ਵੇਖੋ, ਇਹ ਵੇਖਣ ਵਾਸਤੇ ਜਿਹੜਾ ਨਾ ਮੈਂ ਉਦੋਂ ਦਾ ਮੈਂ ਮਤਲਬ ਵੀ ਉਦੋਂ ਦਾ ਮੈਂ ਵੀ ਖਬਰ ਨਹੀਂ ਕਿਹੜੀ ਚੀਜ਼ ਹੈ, ਉਵੇਂ ਦਾ ਹੀ ਜਿਵੇਂ ਦਾ ਪਹਿਲਾਂ ਸੀ, ਨਾ ਉਹਦੇ ਨਾਲ ਮਾਸਾ ਵੱਡਾ ਜੇ ਨਾ ਛੋਟਾ ਜੇ, ਮੈਂ ਕਿ ਨਾ ਉਹੀ ਤਾਂ ਨਹੀਂ ਫੇਰ ਕਿਤੇ ਡੱਬੇ 'ਚ ਪਵਾ ਲੈਂਦਾ। ਗੱਲ ਆਪਸ ਦੀ ਸੱਚੀ ਮੁੱਚੀ ਉਹੀ ਹੈ ਨਾ, ਬਾਤ ਕਰੇ ਸੇਮ ਕਿ ਜੈਸੇ ਜ਼ੁਹੇਬ ਕੋ ਵੀ ਡਾਊਟ ਹੋ ਰਿਹਾ, ਤੋ ਇਸਕੀ ਪੈਕਿੰਗ ਇਸਕੀ ਲੁੱਕ ਆਲਮੋਸਟ ਵੈਸੀ ਹੈ ਜੈਸੇ ਪਹਿਲੇ ਹੀ ਥੀ, 7 ਵਾਲੀ ਗੋਪਰੋ 7 ਕੀ ਥੀ, ਲੇਕਿਨ ਇਸਕੇ ਉੱਪਰ ਕਮੀ ਯੇ ਆਈ ਹੈ ਕਿ ਇਸਕੀ ਆਊਟਰ ਲੁੱਕ ਜੋ ਹੈ ਉਸਕੇ ਉੱਪਰ ਜੋ ਫਰੇਮ ਔਰ ਉਸਕਾ ਜੋ ਕਪ ਪੈਕੇਜਿੰਗ ਥੀ ਪੈਕਿੰਗ ਥੀ ਉਸਕੀ ਗੋਪਰੋ ਹੀਰੋ 7 ਕੀ, ਵੋ ਇਸਕੀ ਨਿਸਬਤ ਬਹੁਤ ਜ਼ਿਆਦਾ ਖੂਬਸੂਰਤ ਥੀ। ਆਪਨੇ ਦੇਖਾ ਤਾਰਾ ਉਸਕੇ ਉੱਪਰ ਪੈਕਿੰਗ ਥੀ, ਉਹ ਤਾਂ ਤੁਸੀਂ ਆਪ ਹੀ ਲਵਾਈ ਸੀ ਉਹਦੇ, ਇਸਕੇ ਉੱਪਰ ਪੈਕਿੰਗ ਨਹੀਂ ਹੈ ਮਤਲਬ ਯੇ ਵੋ ਵਾਲਾ ਨਹੀਂ ਹੈ, ਔਰ ਇਸਕੋ ਐਸੇ ਲਈ ਨਹੀਂ ਮੈਂ ਜੇ ਕੈਮਰਾ, ਔਰ ਯੇ ਅਬ ਅਨਬਾਕਸ ਕਰੇਂਗੇ ਮਿਸਟਰ ਜ਼ੁਹੇਬ। ਮੈਨੂੰ ਪਤਾ ਸੀ ਤੁਹਾਨੂੰ ਪਤਾ ਹੀ, ਜੇ ਤੁਸੀਂ ਕੈਮਰਾ ਲੈਣਾ ਨਾ ਸਭ ਤੋਂ ਪਹਿਲਾਂ ਵੇਖਿਓ, ਕਿਉਂਕਿ ਪਹਿਲਾਂ ਪਾਰਟੀ ਹੋਈ ਫਿਰ ਸਮਝੋ ਨਾ ਖੋਲਿਆ ਹੋਏ, ਤੇ
खुल जा हूँ मैं पहला ही पता ही है तू खोल जा तुम्हें पता ही नहीं यल्ला खैर नवी गड्डी पुराने टायर बिस्मिल्लाहिर्रहमानिर्रहीम अस्सलाम वालेकुम मैं अहमद हिसाबर उम्मीद करना सर ठीक ठाक होवोगे ते आज जरा GoPro 8 जिद मैं वीडियो बना दिया ते मैं तो कमेंट करके दस्यो मैं कि सोहना लगन दिया ए बैटरी नहीं है मैं बटन दबा के तो मैं देखा बना लग पे बजमत होर गल छो जो नवे गत्ते खुशबू होंगी है ना बड़ी मजेदार होंगी जी तो चार्जर लुपी जो बिच आज तुम अगे फड़िया भी फिर छुट गई तो बैटरी जे हेलमेट च लाने वाला स्टैंड जे तो है नहीं ना लथन भाई हेलमेट यल्ला खैर डिगना भाई भाइया अजे तो नवा नवा हो जे टुट गए पुट कत्ता थलो हूं तुम चंगे पेंडू जे बंद को खलवाया मैं जुत्तियां डब्बा पार के जुत्ती बूट काटना मेरे को डब्बा खलवा दें इंज जोड़ी दा तुम जाच नहीं मैं आखिर चलन दिया देखो मैं आखिर चलन दिया और बताता चलूँ कि दो जो जो स्पेयर बैटरीज हैं ये मैंने अलहदा से परचेज़ की हैं इसका ये अडॉप्टर मैंने अलहदा से परचेज़ किया कैमरे के साथ बिल्कुल नहीं आया था मेमोरी कार्ड इसका मैंने अलहदा से परचेज़ किया वो भी कैमरे के साथ नहीं आया था और अब इसको अब काम में लाते हैं सबसे पहले इसकी नॉब खोलेंगे यानी इसका ये स्क्रू और ये इसमें इसका लॉक दिया गया है इसकी बॉडी में जो इसको मूव होने से रोकता है सबसे पहले इसको रिमूव करेंगे कोशिश करें टूटे बगैर हो जाए और हम कामयाब हुए अब इसके बाद GoPro Hero 8 और 7 की निस्बत रियली में जो है ये उतना अट्रैक्टिव नहीं है जितना 7 था अंदर इसके फीचर्स जो हैं वो काफ़ी अट्रैक्टिव हैं लेकिन ये ख़ुद से इसकी बॉडी और ये नहीं और इसका बेस्ट पार्ट ये है मीन इसका नीचे से स्टैंड जो है वो मूवेबल है आप ऐसे जैसे गायब हो गए इसको स्मूथ बॉडी पे यूज़ कर सकते हैं यानी भी हमें उस तरह यूज़ नहीं करना तो हम इसको इसके स्टैंड में वापस लगाएंगे जो पहले ये मूव नहीं कर रहा था अब ये मूव कर लेगा इस लॉक की वजह से इसकी मूवमेंट बंद थी GoPro को इसके होल्डर से निकालने के लिए इस रबर को ऊपर पुल करेंगे ये नॉब प्रेस करेंगे और आगे को स्लाइड करके इसको आप इससे अलहदा कर सकते हैं किसी और माउंट वगैरह पे लगाने के लिए जैसे ये हमारे पास हेलमेट माउंट है इस पर लगाने के लिए स्लाइड करें और यहाँ से पिंच कर दें और ये आप पेस्ट कर सकते हैं हेलमेट के ऊपर परमानेंटली इस माउंट को ये आपका फिर भी रिमूवेबल है ये वो स्टिकर है जिसकी बदौलत ज़ुएब समझ रहा था कि ये ऑन है मैं तो पता लगा ही नहीं होते देखो ना
ਜਿਵੇਂ ਪਹਿਲਾਂ ਵੇਖਿਆ ਗੋਪਰੋ ਦੇ ਉੱਤੇ ਵੇਖੋ ਸਕਿੰਟ ਵੀ ਚੱਲਣ ਡੇ ਆ। ਹਾਂ ਸੈਕਿੰਡਸ ਵੀ ਚੱਲ ਰਹੇ ਆ, ਟਾਈਮ ਵੀ ਚੱਲ ਰਿਹਾ, ਕਾਰਡ ਦੀ ਕੈਪੈਸਿਟੀ ਵੀ ਚੱਲ ਰਹੀ ਆ ਔਰ ਬੈਟਰੀ ਵੀ ਚੱਲ ਰਹੀ ਆ, ਮੋਟਰਸਾਈਕਲਾਂ ਵੀ ਚੱਲਣ ਡੇ। ਔਰ ਇਹ ਹੈ ਮੈਮੋਰੀ ਕਾਰਡ 64 GB ਕਾ। ਮੈਂ ਪਹਿਲੇ ਵੀ ਇਹ ਲੇਜ਼ਰ ਕੰਪਨੀ ਕਾ ਯੂਜ਼ ਕਰ ਰਹਾ ਹੂੰ, ਅਬ ਵੀ ਯਹੀ ਕਰੂੰਗਾ। ਔਰ ਇਸਕੀ ਜੋ ਸਪੀਡ ਹੈ ਵੋ 95 MB/s ਹੈ। ਸਭਸੇ ਪਹਿਲੇ ਇਸਮੇ ਮੈਮੋਰੀ ਕਾਰਡ ਡਾਲੇਂਗੇ ਇਸਕਾ, ਜਬ ਦੇਖ ਲਓ ਗੌਰ ਸੇ, ਆਪਨੇ ਵੀ ਲੈਣਾ ਤੋ ਦੇਖ ਲਓ ਕੈਸੇ ਇਸਤੇਮਾਲ ਕਰਨਾ ਇਸਕੋ। ਮੇਰੇ ਜਿਨ ਜਿਨ ਵਿਊਅਰਸ ਕੋ ਨਹੀਂ ਪਤਾ ਯੇ ਕੈਸੇ ਯੂਜ਼ ਕਰੇਂਗੇ, ਉਨਕੇ ਲੀਏ ਸਪੈਸ਼ਲੀ ਯੇ। ਇਸਕੋ ਓਪਨ ਕਰਨੇ ਕੇ ਲੀਏ ਪੁਸ਼ ਕਰੇਂਗੇ ਇਸਕੋ, ਔਰ ਉੱਪਰ ਕੋ ਪੁੱਲ ਕਰਨੇ ਸੇ ਯੇ ਇਸਕਾ ਵੋ ਖੁੱਲ ਜਾਏਗਾ ਲੈਡ। ਔਰ ਯੇ ਲੈਡ ਜੋ ਹੈ ਇਸਕਾ ਮੂਵੇਬਲ ਹੈ, ਰਿਮੂਵੇਬਲ ਹੈ। GoPro Hero 7 ਔਰ GoPro Hero 8 ਮੇ ਏਕ ਮੇਜਰ ਫਰਕ ਜੋ ਹੈ ਵੋ ਯੇ ਹੈ ਕਿ ਇਸਕੀ ਬੈਟਰੀ ਔਰ ਮੈਮਰੀ ਕਾਰਡ ਵਗੈਰਾ ਨਿਕਾਲਨੇ ਔਰ ਚੇਂਜ ਕਰਨੇ ਕੇ ਲੀਏ ਆਪਕੋ ਉਸਕੀ ਕਵਰਿੰਗ ਨਹੀਂ ਖੋਲਣੀ ਪੜਤੀ। ਯੇ ਡਾਇਰੈਕਟ ਹਮ ਇਸਕੀ ਬਾਡੀ ਜੋ ਹੈ ਇਸਕਾ ਯੇ ਇੱਕ ਰਿਮੂਵਰ ਲੈਡ ਇਸਕਾ ਖੋਲ ਕੇ ਆਰਾਮ ਸੇ ਇਸਕੇ ਅੰਦਰ ਮੈਮਰੀ ਕਾਰਡ ਔਰ ਬੈਟਰੀ ਵਗੈਰਾ ਜੋ ਹੈ ਵੋ ਚੇਂਜ ਔਰ ਡਾਲ ਔਨ ਕਰਨੇ ਕੇ ਲੀਏ ਡਾਲ ਸਕਤੇ ਹੈਂ। ਇਸਮੇ ਇਨਸਰਟ ਕਰੇਂਗੇ ਬੈਟਰੀ, ਮੈਮਰੀ ਕਾਰਡ, ਸਿੰਗਲ ਪੁਸ਼ ਪੇ ਇਸਕਾ ਮੈਮਰੀ ਕਾਰਡ ਇਨਸਰਟ ਹੋ ਜਾਏਗਾ ਔਰ ਇਸਕੋ ਵਾਪਸ ਇਸ ਪੇ ਲਗਾ ਸਕਤੇ ਹੈਂ ਆਪ। ਇਸ ਤਰ੍ਹਾਂ ਯੇ ਬੰਦ ਹੋ ਜਾਏਗਾ ਔਰ ਮੈਮੋਰੀ ਫਸਟ ਟਾਈਮ ਯੇ ਔਨ ਹੋਣੇ ਕੀ ਇਸ ਪੇ ਮੂਡ ਪੇ। ਵੇਖ ਲਓ ਭਾਈ ਮਤਰਾ ਮੈਨੂੰ ਧੁੱਪ ਵਾਲੇ ਪਾਸੇ ਬਿਠਾਇਆ ਤਾਂ ਕਿ ਮੈਂ ਰੰਗ ਜਿਹੜਾ ਕਾਲਾ ਹੋ ਜੇ, ਅਸਲ ਕਿ ਮੈਂ ਭਾਈ ਮਤਰਾ ਨਾਲ ਬਹੁਤ ਚਿੱਟਾ ਹੋ ਗਿਆ ਨਾ ਵੇਖੋ। ਨਹੀਂ ਮੈਂ ਇਸ ਲਈ ਧੁੱਪ ਮੈਂ ਆਪਕੋ ਬਿਠਾਇਆ ਕਿ ਆਪਕਾ ਰੰਗ ਸਫੈਦ ਆਏਗਾ। ਮੇਰਾ ਚਿੱਟਾ ਤਾਂ ਆਉਣਾ ਪਰ ਕਾਲਾ ਬਹੁਤ ਹੋ ਜਾਣਾ ਨਾ। ਨਹੀਂ ਹੋਤਾ ਇਤਨੀ ਜਲਦੀ ਰੰਗ, ਮੇਰਾ ਫਿਰ ਚਿੱਟਾ ਛੇਤੀ ਨਹੀਂ ਨਾ ਹੁੰਦਾ, ਤੁਹਾਡਾ ਚਿੱਟਾ ਚਿੱਟਾ ਛੇਤੀ ਹੋ ਜਾਂਦਾ। ਇਸਕੇ ਸੈਟਅਪ ਮੇ ਹਮ ਸਕਿਪ ਹੀ ਕਰੇਂਗੇ ਫਿਲਹਾਲ। ਔਰ ਯੇ ਹਮਾਰਾ ਗੋਪਰੋ ਔਨ ਹੋ ਗਿਆ ਹੈ, ਯਹਾਂ ਸੇ ਹਮ ਏਕ ਛੋਟਾ ਸਾ ਕਲਿਪ ਲੇਤੇ ਹੈਂ, ਵੀਡੀਓ ਮੇਰਾ ਤੋ ਬਹੁਤ ਫਾਇਦਾ ਹੋ ਰਿਹਾ ਇਸਮੇ। ਮੁਝੇ ਨਾ ਆਪਣੇ ਕਮੈਂਟਸ ਕਰਕੇ ਬਤਾਨਾ ਹੈ ਕਿ ਮੈਂ ਆਪਕੋ ਕੈਸਾ ਲੱਗਣ ਡਿਆ ਹੂੰ, ਗੋਪਰੋ ਮੇ ਕੈਸੇ ਲੱਗ ਰਹੇ ਹਾਂ ਔਰ ਕੈਨਨ M50 ਮੇ ਕੈਸੇ ਲੱਗ ਰਹੇ ਹੈ। ਮੈਨੂੰ ਪਤਾ ਨਵਾਂ ਨਵੇਂ ਜੇ ਪਤਾ ਚਿੱਟਾ ਆਉਣਾ ਨਾ ਮੈਂ। ਔਰ ਯੇ ਮੈਂ ਖੁਦ ਤੁਹਾਡਾ ਤਾਂ ਪਤਾ ਇੱਧਰ ਨੂੰ ਕਰੋ ਨਾ ਹੈ, ਮੇਰੀ ਕੰਘੀ ਘਰ ਆ ਗਈ ਅੱਜ ਦੀ, ਮੈਂ ਚੀਰਵਾ ਨਾ ਸੋਹਣਾ ਹੀਰੋ ਬਣ ਜਾਣਾ। ਔਰ ਯੇ ਥੀ ਹਮਾਰੀ ਅੱਜ ਇਸ ਗੋਪਰੋ ਕੀ ਅਨਬੋਕਸਿੰਗ। ਇਹਦੇ 'ਚ ਕੀ ਆ ਨਹੀਂ ਖੋਲਿਆ? ਹਾਂ ਯੇ ਇੱਕ ਚੀਜ਼ ਰਹਿ ਗਈ ਸੀ ਜੋ ਕਿ ਗੋਪਰੋ ਸੇ ਰਿਲੇਟਡ ਨਹੀਂ ਹੈ। ਯੇ ਹਮ ਆਪਣੇ ਕੈਨਨ M50 ਕੇ ਲੀਏ ਗਲਾਸ ਲੈ ਕੇ ਆਏ ਜੋ ਅਬ ਤੱਕ ਹਮ ਨਹੀਂ ਲੈ ਕੇ ਆ ਸਕੇ ਥੇ, ਉਸ ਦਿਨ ਹਮ ਲਾਹੌਰ ਗਏ ਔਰ ਜ਼ੇਨ ਮੇ ਵੀ ਥਾ ਤੋ ਮੈਨੇ ਯੇ ਪਰਚੇਜ਼ ਕੀਆ ਕੈਨਨ M50 ਕੇ ਲੀਏ, ਉਸਕਾ ਲੈਂਸ ਕਵਰ। ਤੁਹਾਡਾ ਖਿਆਲ ਮੈਨੂੰ ਨਹੀਂ ਪਤਾ, ਮੈਨੇ ਇਸੀ ਲਈ ਬਤਾਇਆ ਨਾ ਆਪਕੋ। ਔਰ ਹੋਪ ਆਪਕੋ ਹਮਾਰੀ ਯੇ ਵੀਡੀਓ ਅੱਛੀ ਲੱਗੀ ਹੋ, ਅਗਰ ਆਪਕੋ ਹਮਾਰੀ ਯੇ ਵੀਡੀਓ ਪਸੰਦ ਆਤੀ ਹੈ ਤੋ ਆਪਣੇ ਦੋਸਤ ਸਹਿਬ ਆਪਕੇ ਸਾਥ ਜ਼ਰੂਰ ਸ਼ੇਅਰ ਕੀਜੀਏਗਾ ਔਰ ਹਮੇ ਫੀਡਬੈਕ ਮੇ ਜ਼ਰੂਰ ਬਤਾਈਏਗਾ ਕਿ ਆਪਕੋ ਹਮਾਰਾ ਨਾਲੇ ਕਮੈਂਟ ਕਰਕੇ ਦੱਸਿਓ ਮੈਂ ਕਿਹੋ ਜਿਹਾ ਲੱਗਾ ਵਾਂ ਨਵੇਂ ਕੈਮਰੇ 'ਚ। ਇਸੇ ਆਪਣੇ ਆਪ ਕੀ ਪੜੀ ਹੋਈ ਹੈ ਕਿ ਬਸ ਮੈਂ ਮੁਝੇ ਸੋਹਣਾ ਹੋਣਾ ਚਾਹੀਦਾ ਹੂੰ ਬਸ। ਲਓ ਬਾਈ ਸੋਹਣਾ, ਮੈਂ ਵੇਖੋ ਕਿੰਨਾ ਤਿਆਰ ਹੋ ਗਿਆ ਕੈਮਰਾ, ਮੈਨੂੰ ਪਤਾ ਸੀ ਮੇਰੀ ਵੀਡੀਓ ਵਿੱਚ ਬਣਨੀ, ਮੈਂ ਕਿਹਾ ਸੋਹਣਾ ਬਣ ਬੱਚਾ ਬਣ ਕੇ ਜਾਂਦੇ ਹਾਂ। ਸਹੀ ਹੋਵੇ ਔਰ ਹਮੇ ਜ਼ਰੂਰ ਬਤਾਈਏਗਾ ਕਮੈਂਟ ਬਾਕਸ ਮੇਂ ਕਿ ਆਪਕੋ ਹਮਾਰਾ ਯੇ ਗੋਪਰੋ 8 ਕੈਸਾ ਲਗਾ, ਔਰ ਮੈਂ ਆਪਕੋ ਇਸਤੇਮਾਲ ਕਰਨੇ ਕੇ ਬਾਅਦ ਬਤਾਊਂਗਾ ਕਿ ਇਸਕਾ ਬਾਕੀ ਫੀਚਰਸ ਕਿਆ ਹੈ। ਲੁੱਕ ਵਾਈਜ਼ ਯੇ ਮੁਝੇ ਉਤਨਾ ਅਟਰੈਕਟਿਵ ਨਹੀਂ ਲਗਾ ਜਿਤਨਾ GoPro Hero 7 ਥਾ। ਕੋਈ ਪਤਾ ਨਹੀਂ ਹੁਣ ਭਾਈ ਮੈਂ ਤੁਹਾਡੀ ਨਾਂ ਰੱਖਣ ਨਾ, ਕੋਈ ਪਤਾ ਭਾਵੇਂ ਗੁੱਸੇ ਨਾਲ ਮਿਲਦੇ ਰਹਿਣੇ ਨਾ, ਕੋਈ ਗੁੱਸੇ ਦਾ ਕੋਈ ਪਤਾ ਨਹੀਂ ਹੁੰਦਾ। ਇਤਨਾ ਗੁੱਸਾ ਮੈਂ ਕਦੇ ਨਹੀਂ ਕਰਦਾ। ਨਹੀਂ ਕੀ ਪਤਾ ਗੁੱਸਾ ਚੜ੍ਹ ਜਾਂਦਾ ਬੰਦੇ ਨੂੰ। ਨਹੀਂ 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 ਇਤਨਾ ਗੁੱਸਾ ਮੈਂ ਕਰ ਹੀ ਨਹੀਂ ਸਕਦਾ, ਮੈਂ ਅਫੋਰਡ ਹੀ ਨਹੀਂ ਕਰ ਸਕਦਾ ਇਤਨਾ ਗੁੱਸਾ। ਤੋ ਹਮੇ ਯਹਾਂ ਪੇ ਦੀਜੀਏ ਇਜਾਜ਼ਤ, ਆਪਣਾ ਇੰਨਾ ਬੜਾ ਖਿਆਲ ਰੱਖਿਓ। ਹਾਂ ਆਪਣਾ ਬਹੁਤ ਸਾਰਾ ਖਿਆਲ ਰੱਖੀਏਗਾ। ਅੱਲਾ ਹਾਫਿਜ਼। ਅੱਲਾ।